बिस्मिल्लाहिर्रहमानिर्रहीम। अस्सलाम वालेकुम दोस्तों, उम्मीद करदा तुसी सारे ठीक ठाक होंगे ते अल्लाह पाक तुहाडे ते अपना खास फजल और रहम फरमाए। पाकिस्तान वाले और बाहर वाले मिठे खुशामदीद, मैं तुहाडा अपना दोस्त शानवाज ते तुसी देखदे पे हो मेरा यूट्यूब चैनल SN व्लॉग। अज नवीं गड्डियां ते नवीं वीडियो लैके मैं अपने दोस्तों वास्ते आ गया वा। अज जिहड़ियां गड्डियां वा वीडियो तुहानू चैक करवाउणियां, बड़ियां प्यारियां और अच्छियां गड्डियां वा। ਪਹਿਲੀ ਗੱਡੀ ਦੋਸਤੋ ਜਿਹੜੀ ਆ ਉਹ ਤੁਹਾਨੂੰ ਦਿਖਾਉਣੀ ਆ, ਉਹ FG8J ਹੀਨੋ ਗੱਡੀ ਆ, 22-wheeler 2017 ਮਾਡਲ। ਕਾਫੀ ਸਾਰੇ ਦੋਸਤ ਭਰਾ ਕਹਿੰਦੇ ਸੀ ਕਿ ਭਾਈ ਸ਼ਾਨਵਾਜ਼ FG8J ਜੈਨੀਅਨ ਪਾਕਿਸਤਾਨ ਸੰਭਲ 2017-18 ਮਾਡਲ ਕੋਈ ਗੱਡੀ ਲੈ ਕੇ ਆਓ, 22-wheeler ਗੱਡੀ ਹੋਵੇ ਔਰ ਸਾਫ਼ ਸੁਥਰੀ ਗੱਡੀ ਹੋਣੀ ਚਾਹੀਦੀ ਆ। ਭਾਈ ਜਾਨ ਗੱਡੀ ਤੁਹਾਨੂੰ ਵੀਡੀਓ ਜਿਹੜੀ ਚੈੱਕ ਕਰਾਉਂਦੇ ਹਾਂ, ਪਹਿਲੇ ਗੱਡੀ ਤੁਸੀਂ ਦੇਖ ਲਓ, ਫਿਰ ਗੱਡੀ ਦੇ ਇੰਜਨ ਗੇਅਰ ਤੇ ਗੱਲ ਕਰਦੇ ਆ, ਇਹਦੀ ਡਿਮਾਂਡ ਤੇ ਗੱਲ ਕਰਦੇ ਆ ਤੇ ਬੜੀ ਅੱਛੀ ਗੱਡੀ ਆ, ਸਾਫ਼ ਸੁਥਰੀ ਗੱਡੀ ਆ। ਆਓ ਗੱਡੀ ਦੇਖਦੇ ਆ। ਇਹ ਦੋਸਤੋ ਗੱਡੀ ਤੁਸੀਂ ਚੈੱਕ ਕਰਦੇ ਪਏ ਹੋ, ਹੀਨੋ ਕੰਪਨੀ ਦੀ ਬੜੀ ਪਿਆਰੀ ਔਰ ਅੱਛੀ ਗੱਡੀ ਆ। ਔਰ ਇਹ ਗੱਡੀ ਹਰ ਬੰਦਾ ਇਸ ਗੱਡੀ ਦਾ ਵਾਕਫ ਆ ਕਿ ਇਸ ਹੀਨੋ ਕੰਪਨੀ ਦੀ ਬੜੀ ਮਸ਼ਹੂਰ ਮਰੂਫ ਗੱਡੀ ਆ ਹੀਨੋ FG8J। ਹੀਨੋ FG8J 2017 ਮਾਡਲ ਆ, ਪਾਕਿਸਤਾਨ ਸੰਭਲ, ਬੜੀ ਪਿਆਰੀ ਔਰ ਅੱਛੀ ਗੱਡੀ ਆ। ਇਹ ਗੱਡੀ ਅਗਰ ਕਿਸੇ ਦੋਸਤ ਭਰਾ ਨੇ ਲੈਣੀ ਹੋਵੇ ਤਾਂ ਵੀਡੀਓ 'ਚ ਨੰਬਰ ਮੈਂ ਆਪਣਾ ਦੇ ਦੂੰਗਾ, ਸਾਡੇ ਨਾਲ ਰਾਬਤਾ ਕਰਕੇ ਗੱਡੀ ਉਹ ਲੈ ਸਕਦਾ ਵਾ। ਦੋਸਤੋ ਗੱਡੀ ਦਾ ਇੰਜਨ ਜਿਹੜਾ ਕੰਪਨੀ ਬੰਦ ਆ, ਸਟੈਂਡਰਡ ਦੀ ਆਵਾਜ਼ ਆ, ਟਰਬੋ ਇੰਜਨ ਆ 24 ਵਾਲ ਔਰ ਜੈਨੀਅਨ ਆ FG8J ਦਾ ਆਪਣਾ ਇੰਜਨ ਆ, ਕੋਈ ਚੇਂਜਿੰਗ ਨਹੀਂ ਗੀ। ਡੱਬਾ ਇਸ ਗੱਡੀ ਦਾ ਅਨਟੈਚ ਆ, ਡੱਬੇ ਦਾ ਜਿਹੜਾ ਕਲਰ ਆ, ਪੇਂਟ ਉਹ ਵੀ ਇਹਦਾ ਆਪਣਾ ਜੈਨੀਅਨ ਆ, ਕੋਈ ਖਰਾਸ਼ ਨਹੀਂ ਕਿਸੇ ਕਿਸਮ ਦੀ, ਨਾ ਦੁਬਾਰਾ ਪੇਂਟ ਹੋਇਆ ਵਾ ਕੈਬਨ, ਔਰ ਸਮਾਨ ਕੈਬਨ ਦਾ ਸਾਰਾ ਪੂਰਾ ਵਾ। ਦੂਸਰਾ ਲਸਬੇਲੇ ਦਾ ਨੰਬਰ ਆ, 2017 ਮਾਡਲ ਆ। ਗੇਅਰ ਦੋਸਤੋ ਇਹਨੂੰ FM ਵਾਲਾ ਹਾਈ ਲੋ ਲੱਗਾ ਹੋਇਆ, 23 ਟਾਪ ਵਾਲਾ। ਪਿੱਛੇ ਜਿਹੜਾ ਇਹਦਾ ਹਿੱਸੇ ਆ ਉਹ ਵੀ ਜ਼ਿੰਦਾ ਵਾ, ਦੋਨੋਂ ਜ਼ਿੰਦਾ ਮੁਰਦਾ ਨਹੀਂ, ਦੋਨੋਂ ਜ਼ਿੰਦਾ ਵਾ, ਉਹ ਵੀ ਡਬਲ ਹਿੱਸਾ ਚਾਲੂ ਆ। ਜੁਗਾੜ FM ਵਾਲਾ ਇੰਜਨ, ਸਟੈਂਡਰਡ ਦੀ ਆਵਾਜ਼ ਆ। ਗੇਅਰ ਹਿੱਸਾ ਇਸ ਗੱਡੀ ਦਾ ਤੁਸੀਂ ਟਰਾਈ 'ਤੇ ਚੈੱਕ ਕਰ ਸਕਦੇ ਹੋ। ਬਾਕੀ ਵੀਡੀਓ 'ਚ ਗੱਡੀ ਤੁਸੀਂ ਦੇਖਦੇ ਪਏ ਹੋ, ਟਰਾਲਾ ਗੱਡੀ ਦਾ ਬੜਾ ਪਿਆਰਾ ਔਰ ਸਾਫ਼ ਸੁਥਰਾ ਬਣਿਆ ਹੋਇਆ ਵਾ, ਝੁੱਗੀ ਵੀ ਗੱਡੀ ਦੀ ਸੋਹਣੀ ਬਣੀ ਆ। ਵੀ ਕਿਸੇ ਕਿਸਮ ਦੀ ਗੱਡੀ ਦੇ ਅੰਦਰ ਕੋਈ ਕਮੀ ਪੇਸ਼ੀ ਨਹੀਂ ਗੀ। ਜੇ ਸਾਡੇ ਦੋਸਤ ਭਰਾ ਨੇ ਗੱਡੀ ਲੈਣੀ ਆ, ਉਹਨੇ ਲੈਣੀ ਆ, ਲੈ ਕੇ ਸਿਰਫ ਚਲਾਉਣੀ ਆ। ਕਾਗਜ਼ਾਤ ਗੱਡੀ ਦੇ ਮੁਕੰਮਲ ਤੁਹਾਨੂੰ ਕਲੀਅਰ ਮਿਲਣਗੇ, ਟੋਕਨ, ਰੂਟ, ਇੰਸ਼ੋਰੈਂਸ, ਫਿਟਨੈਸ, ਹਰ ਚੀਜ਼ ਕਲੀਅਰ ਹੋਏਗੀ। ਬਾਕੀ ਗੱਡੀ ਦਾ ਕੋਈ ਕਿਸੇ ਕਿਸਮ ਦਾ ਲੈਣ ਦੇਣ ਦੇ ਰੋਡ ਦੇ ਮਾਮਲਾਤ ਨਹੀਂ ਗੇ, ਉਹਦੀ ਗਰੰਟੀ ਦੇਣਗੇ। ਅਤੇ ਦੋਸਤੋ ਇਹ ਹਾਈ ਲੋ ਗੱਡੀ ਦਾ ਗੇਅਰ ਆ ਅਤੇ ਆਪਣਾ ਡਬਲ ਹਿੱਸਾ ਚਾਲੂ ਆ। ਇਹਦਾ ਖਰਚਾ ਜਿਹੜਾ ਵਾ ਉਹ FG8J ਵਾਲਾ ਵਾ ਅਤੇ ਜ਼ੋਰ ਜਿਹੜਾ ਸਮਝ ਲਓ FM2P ਵਾਲਾ ਵਾ। FM2P ਨੂੰ ਗੇਅਰ ਹਾਈ ਲੋ ਹੁੰਦਾ ਵਾ ਅਤੇ ਡਬਲ ਹਿੱਸਾ ਚਾਲੂ ਹੁੰਦੀ, ਉਹਦਾ ਇੰਜਨ ਇਹ ਤੋਂ ਥੋੜ੍ਹਾ ਜ਼ਿਆਦਾ ਪਾਵਰਫੁੱਲ ਹੁੰਦਾ ਵਾ, ਉਹਦਾ ਡੀਜ਼ਲ ਖਰਚਾ ਵੀ ਜ਼ਿਆਦਾ ਹੁੰਦਾ ਅਤੇ ਆਇਲ ਵੀ ਉਹਦੇ ਜ਼ਿਆਦਾ ਪੈਂਦਾ ਇਹ। ਲੇਕਿਨ ਜੈਨੀਅਨ ਗੱਡੀ FG8J ਆ, ਇਹਦਾ ਗੇਅਰ ਅਤੇ ਜਿਹੜਾ ਪਿੱਛੇ ਜੁਗਾੜ ਆ ਹਿੱਸੇ ਆ ਉਹ ਚੇਂਜ ਹੋਏ ਆ, ਅਤੇ ਟਰਾਲਾ ਇਹਦਾ ਸਾਫ਼ ਸੁਥਰਾ ਵਾ। ਟਰਾਲੇ ਦੀ ਜਿਹੜੀ ਪਿੱਛੇ ਬ੍ਰੇਕ ਆ ਉਹ ਵੀ SG ਦੀ ਆ, ਅਤੇ ਬੈਰਿੰਗ ਸਾਈਜ਼ ਜਿਹੜਾ ਵਾ ਦੋਸਤੋ 19-20 ਆ, ਟਾਟਰਾ ਸਾਈਜ਼ ਵੱਡੇ ਘੇਰੇ ਵਾਲੀਆਂ ਹੱਬਾਂ ਵਾ। ਰਿਮ ਸਾਰੇ ਗੱਡੀ ਨੂੰ ZX ਚੈਨਾਂ ਦੇ ਲੱਗੇ ਹੋਏ ਆ, ਬੜੇ ਪਿਆਰੇ ਰਿਮ, ਸਾਫ਼ ਸੁਥਰੇ ਆ, ਕੋਈ ਦੇਸੀ ਪਲੇਟ ਦਾ ਰਿਮ ਨਹੀਂ ਲੱਗਾ ਹੋਇਆ ਜਾਂ ਟੁੱਟੇ ਭੱਜੇ ਰਿਮ ਲੱਗੇ ਹੁੰਦੇ ਆ, ਕਿਉਂਕਿ ਵਜ਼ਨ ਵਾਲੀ ਗੱਡੀ ਸੀਗੀ ਅਤੇ ਹੁਣ ਤੁਸੀਂ ਇੱਥੇ ਐਕਸਲ ਲੋਡ ਪਾਓ,
ਐਕਸਲ ਲੋਡ ਦੇ ਵਿੱਚ ਲਾਓ ਤੇ ਇਹਦਾ ਖਰਚਾ ਬੜਾ ਪਿਆਰਾ ਮੁਨਾਸਿਬ ਆ, ਪਹਾੜੀ ਇਲਾਕੇ ਜਿੱਧਰ ਮਰਜ਼ੀ ਤੁਸੀਂ ਇਹਨੂੰ ਲੈ ਕੇ ਜਾਓ। ਦੋਸਤੋ ਗੱਡੀ ਤੁਸੀਂ ਦੇਖ ਲਈ ਆ, FG8J ਹੀਨੋ ਕੰਪਨੀ ਦੀ ਬੜੀ ਮਸ਼ਹੂਰ ਤਰੀਨ ਗੱਡੀ ਆ। ਹਰ ਟਰਾਂਸਪੋਰਟਰ ਯਾਰ ਦੋਸਤ ਜਿੰਨੇ ਵੀ ਸਾਡੇ ਹੈ ਭਰਾ ਜਾਂ ਕੋਈ ਨਵਾਂ ਵਾ ਜਾਂ ਪੁਰਾਣਾ, ਸਾਰੇ ਇਸ ਗੱਡੀ ਤੋਂ ਵਾਕਫ ਆ। ਇਹ 2017 ਮਾਡਲ ਆ ਦੋਸਤੋ, ਲਸਬੇਲੇ ਦਾ ਗੱਡੀ ਦਾ ਨੰਬਰ ਆ, ਕਾਗਜ਼ਾ ਡਾਕੂਮੈਂਟ ਮੁਕੰਮਲ ਗੱਡੀ ਦੇ ਕਲੀਅਰ ਆ, ਟੋਕਨ ਰੂਟ ਫਿਟਨੈਸ ਇੰਸ਼ੋਰੈਂਸ, ਔਰ ਇਹ ਬਾਈ ਵੀਲਰ ਗੱਡੀ ਆ। ਬਾਕੀ ਗੱਡੀ ਵੀਡੀਓ 'ਚ ਤੁਸੀਂ ਚੈੱਕ ਕਰ ਲਈ ਆ। ਡੱਬਾ ਗੱਡੀ ਦਾ ਦੋਸਤੋ ਅਨਟੈਚ ਆ, ਕੋਈ ਅੱਲਾ ਮਾਫ ਕਰੇ ਕਿਸੇ ਕਿਸਮ ਦਾ ਕੋਈ ਮੇਨ ਐਕਸੀਡੈਂਟ ਵਗੈਰਾ ਨਹੀਂ, ਆਪਣੇ ਜੈਨੂਇਨ ਕਲਰ 'ਚ ਗੱਡੀ ਆ, ਬਿਲਕੁਲ ਬੇਦਾਗ ਡੱਬਾ ਵਾ। ਔਰ ਇੰਜਨ ਗੱਡੀ ਦਾ ਕੰਪਨੀ ਬੰਦ ਆ, ਇੰਜਨ ਸਟੈਂਡਰਡ 'ਤੇ ਆ, ਟਰਬੋ ਇੰਜਨ ਆ। ਔਰ ਇਸ ਗੱਡੀ ਨੂੰ ਜਿਹੜਾ ਗੇਅਰ ਆ ਉਹ FM ਵਾਲਾ ਗੇਅਰ ਲਾਇਆ ਹੋਇਆ, 23 ਟਾਪ ਵਾਲਾ FM ਵਾਲਾ ਗੇਅਰ 23 ਟਾਪ ਵਾਲਾ ਲੱਗਾ ਇਹਨੂੰ ਹਾਈ ਲੋ। ਇਹਦਾ ਆਪਣਾ ਗੇਅਰ FG8J ਦਾ ਸਾਦਾ ਹੁੰਦਾ ਵਾ, ਲੇਕਿਨ ਇਹਨੂੰ ਉਹਨਾਂ ਨੇ ਹਾਈ ਲੋ ਗੇਅਰ ਲਾਇਆ ਹੋਇਆ ਵਾ। ਔਰ ਇਹ ਸਮਝ ਲਓ 2P ਦੇ ਮੁਕਾਬਲੇ ਦੀ ਗੱਡੀ ਆ, ਲੇਕਿਨ ਖਰਚਾ ਇਹਦਾ ਜਿਹੜਾ ਵਾ ਉਹ FG8J ਵਾਲਾ ਵਾ। ਔਰ ਇਹ ਡਬਲ ਹਿੱਸਾ ਚਾਲੂ ਆ ਪਿੱਛੇ, ਜਿਹੜਾ ਇਹਦਾ ਜੈਨੂਇਨ ਗੱਡੀ ਕੰਪਨੀ ਜੋ FG8J ਆਉਂਦੀ ਆ ਉਹ ਵੈਸੇ 6-ਵੀਲਰ ਮਸ਼ੀਨ ਹੁੰਦੀ ਆ, ਔਰ ਇਹਨੂੰ ਡਬਲ ਕੀਤਾ ਜਾਂਦਾ ਵਾ। ਪਿੱਛੇ ਮੁਰਦਾ ਹਿੱਸਾ ਹੁੰਦਾ ਵਾ, ਜ਼ਿੰਦਾ ਇੱਕ ਫਰੰਟ ਐਕਸਲ ਜਿਹੜਾ ਇਹਦਾ ਆਉਂਦਾ ਵਾ, ਚਾਲੂ ਹਿੱਸਾ ਸਿੰਗਲ ਉਹੀ ਹੁੰਦਾ ਵਾ, ਜ਼ਿੰਦਾ ਮੁਰਦਾ ਹੁੰਦੀ ਆ। ਵੈਸੇ ਆਮ ਰੂਟੀਨ ਜਿਹੜੀਆਂ ਗੱਡੀਆਂ ਸਾਡੀਆਂ ਚੱਲ ਰਹੀਆਂ ਵਾ ਪਾਕਿਸਤਾਨ 'ਚ, ਜ਼ਿਆਦਾਤਰ ਜਿਹੜੇ ਮੈਦਾਨੀ ਇਲਾਕਿਆਂ 'ਚ, ਅਤੇ ਇਹ ਪਹਾੜੀ ਇਲਾਕੇ 'ਚ ਗੱਡੀ ਜਾਂਦੀ ਆ, ਪਹਾੜੀ ਇਲਾਕੇ ਵਾਸਤੇ ਬੜੀ ਅੱਛੀ ਗੱਡੀ ਬਣੀ ਹੋਈ ਆ। ਗੇਅਰ ਇਹਨੂੰ ਹਾਈ ਲੋ ਲੱਗਾ ਹੋਇਆ 23 ਟਾਪ ਦਾ, ਔਰ ਡਬਲ ਹਿੱਸਾ ਚਾਲੂ ਆ, FM ਵਾਲਾ ਹਿੱਸਾ ਲੱਗਾ ਹੋਇਆ ਇਹਨੂੰ ਪਿੱਛੇ, ਡਬਲ ਹਿੱਸਾ ਦੋਵੇਂ ਹਿੱਸੇ 'ਤੇ ਚੱਲਦੇ ਆ ਮਾਸ਼ਾਅੱਲਾ। 2P ਵਾਲਾ ਜ਼ੋਰ ਆ ਗੱਡੀ ਦਾ ਸਮਝ ਲਓ, ਅਤੇ ਖਰਚਾ ਜਿਹੜਾ ਵਾ 2P ਦੇ ਇੰਜਨ ਦਾ ਜ਼ਿਆਦਾ ਹੁੰਦਾ ਵਾ, ਇਹਦਾ ਘੱਟ ਆ, ਇਹਦੇ 'ਚ ਆਇਲ ਵੀ ਉਹੀ 15 ਲੀਟਰ ਪੈ ਹੈਗਾ, ਅਤੇ 2P 'ਚ ਆਇਲ ਵੀ ਜ਼ਿਆਦਾ ਪੈਂਦਾ ਵਾ। ਕੰਮ 2P ਵਾਲਾ ਦੇਗੀ ਅਤੇ ਖਰਚਾ FG8J ਵਾਲਾ। ਅਤੇ 22-ਵੀਲਰ ਗੱਡੀ ਆ, ਟਰੇਲਾ ਜਿਹੜਾ ਵਾ ਪਿੱਛੇ ਮੋਟੀ ਪੱਟੇ ਵਾਲੀ ਕਮਾਨੀ ਆ, ਅੱਛੇ ਵਾਲੀ SG ਦੀ ਬ੍ਰੇਕ ਆ ਟਰੇਲੇ ਦੀ, 16 ਦੇ ਗਾਡਰ ਦਾ ਫੱਟਾ ਵਾ, ਬੜਾ ਪਿਆਰਾ ਬਣਿਆ ਹੋਇਆ। ਔਰ ਬ੍ਰੇਕ SG ਦੀ ਬੈਰਿੰਗ ਸਾਈਜ਼ 19-20 ਆ, ਅਤੇ ਬੈਰਿੰਗ ਸਾਈਜ਼ 19-20 ਦੋਸਤੋ, ਟਾਟਰਾ ਹੱਬਾਂ ਦਾ ਸਾਈਜ਼ ਜਿਹੜਾ ਟਾਟਰਾ ਸਾਈਜ਼ ਆ, ਅਤੇ ਬਹੁਤ ਪਿਆਰੀ ਔਰ ਅੱਛੀ ਗੱਡੀ ਆ। ਅਗਰ ਇਹ ਕਿਸੇ ਦੋਸਤ ਭਰਾ ਨੂੰ ਗੱਡੀ ਪਸੰਦ ਹੋਵੇ ਤਾਂ ਗੱਡੀ ਲੈ ਸਕਦਾ ਵਾ। ਇਸ ਗੱਡੀ ਸਿਰਫ ਥੋੜ੍ਹਾ ਬਹੁਤਾ ਟਾਈਮ ਮਿਲੇਗਾ, 1-2 ਮਾਹ ਦਾ, ਕੋਈ 5-10 ਲੱਖ ਰੁਪਏ ਦਾ। ਗੱਡੀ ਦੀ ਡਿਮਾਂਡ ਆ 2.5 ਕਰੋੜ 5 ਲੱਖ ਰੁਪਏ ਡਿਮਾਂਡ ਆ। ਮੌਕੇ 'ਤੇ ਕੋਈ ਥੋੜ੍ਹੀ ਬਹੁਤੀ ਕਮੀ ਪੇਸ਼ੀ ਹੋ ਜਾਏਗੀ। ਕਾਫੀ ਸਾਰੇ ਦੋਸਤਾਂ ਦੀ ਡਿਮਾਂਡ ਸੀ ਵੀ ਯਾਰ ਕੋਈ ਅੱਛੀ ਗੱਡੀ ਹੋਵੇ, ਅੱਛੀ ਗੱਡੀ ਦੇ ਦੋਸਤੋ ਫਿਰ ਪੈਸੇ ਵੀ ਅੱਛੇ ਹੁੰਦੇ ਆ, ਗੱਡੀਆਂ ਦੇ ਰੇਟ ਬੜੇ ਤੇਜ਼ ਆ, ਤੁਹਾਨੂੰ ਵੀ ਪਤਾ ਵਾ ਨਵੀਆਂ ਗੱਡੀਆਂ ਦੇ ਰੇਟ ਵੀ ਕਾਫੀ ਹਾਈ ਆ, ਅਤੇ ਪੁਰਾਣੀਆਂ ਜਿਹੜੀਆਂ ਚੱਲੀਆਂ ਹੋਈਆਂ ਸਾਫ਼ ਸੁਥਰੀਆਂ ਗੱਡੀਆਂ ਉਹਨਾਂ ਦੇ ਰੇਟ ਵੀ ਅੱਛੇ ਹੀ ਆ। ਅਤੇ ਦੂਸਰੀ ਗੱਡੀ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਆ, ਇਹ ਦੋਸਤੋ ਆਇਲ ਟੈਂਕਰ ਆ, 14-ਵੀਲਰ ਗੱਡੀ ਆ, ਇਹ ਵੀ ਹੀਨੋ ਕੰਪਨੀ ਦੀ ਗੱਡੀ ਆ, 1995 ਮਾਡਲ ਗੱਡੀ ਆ, SG 1995 ਮਾਡਲ, ਗੋਲ ਬੱਤੀ ਵਾਲੀ ਗੱਡੀ ਤੋਂ ਬਹੁਤ ਮਸ਼ਹੂਰ ਆ। ਜਿਵੇਂ ਸੁਪਰ ਦਾ ਕੈਬਨ ਹੁੰਦਾ ਵਾ, ਇਵੇਂ ਇਹਦਾ ਕੈਬਨ ਹੁੰਦਾ ਵਾ, ਲਾਈਟਾਂ ਇਹਦੀਆਂ ਗੋਲ ਹੁੰਦੀਆਂ ਫਰੰਟ ਤੋਂ। ਗੱਡੀ ਤੁਹਾਨੂੰ ਦਿਖਾਉਂਦੇ ਹਾਂ, ਉਹ ਵੀਡੀਓ 'ਚ ਗੱਡੀ ਦੇਖ ਲਓ, ਅਤੇ ਫਿਰ ਇਹਦੇ ਇੰਜਨ ਗੇਅਰ 'ਤੇ ਗੱਲ ਕਰਦੇ ਹਾਂ ਔਰ ਇਹਦੀ ਡਿਮਾਂਡ 'ਤੇ ਕਰਦੇ ਹਾਂ। ਇਹ ਦੋਸਤੋ ਗੱਡੀ ਤੁਸੀਂ ਚੈੱਕ ਕਰਦੇ ਪਏ ਹੋ, ਹੀਨੋ ਗੱਡੀ ਹੈ, ਹੀਨੋ SG 1995 ਮਾਡਲ, 1995 ਮਾਡਲ ਹੀਨੋ SG ਗੋਲ ਬੱਤੀ ਵਾਲੀ। ਇਹ ਵੀ ਗੱਡੀ ਬੜੀ ਮਸ਼ਹੂਰ ਆ, ਆਪਣੇ ਦੌਰ ਦੀ ਬੜੀ ਮਸ਼ਹੂਰ ਤਰੀਨ ਗੱਡੀ ਆ, ਔਰ ਬੜੀ ਪਾਵਰਫੁੱਲ ਆ, ਔਰ ਇਹਦਾ ਸਮਾਨ ਬੜਾ ਹਰ ਆਮ ਜਗ੍ਹਾ ਤੋਂ ਮਿਲ ਜਾਂਦਾ, ਸਾਦਾ ਸਮਾਨ ਆ ਇਹਦਾ। ਔਰ ਇੰਜਨ ਇਹਦਾ ਦੋਸਤੋ ਟਰਬੋ ਨਹੀਂ ਹੁੰਦਾ, ਸਾਦਾ ਹੁੰਦਾ ਵਾ, ਬੜਾ ਪਿਆਰਾ ਇੰਜਨ ਆ, ਇੰਜਨ ਗੱਡੀ ਦਾ ਜੈਨੀਅਨ ਆ, ਕਿਸੇ ਕਿਸਮ ਦਾ ਕੋਈ ਮਸਲਾ ਮਸਾਇਲ ਨਹੀਂ ਗਾ। ਬਾਕੀ ਦੋਸਤੋ ਇਹ
ਜੈਨੀਅਨ ਗੱਡੀ ਹੈ, ਇਹਦੇ 'ਚ ਕੋਈ ਆਲਟਿਸ਼ ਨਹੀਂ ਹੈ। ਵੀ ਪਾਕਿਸਤਾਨ ਸੰਭਲ ਆ, 1995 ਮਾਡਲ, 48,000 ਲੀਟਰ ਦਾ ਇਸ ਗੱਡੀ ਦੇ ਉੱਤੇ ਟੈਂਕ ਆ, 48,000 ਲੀਟਰ ਵਾਲਾ ਟੈਂਕਰ ਆ, ਗਾਡਰ ਟਰਾਲੀ ਦਾ ਸਾਫ਼ ਸੁਥਰਾ ਵਾ, ਇੰਜਨ ਗੱਡੀ ਦਾ ਸਟੈਂਡਰ ਦੀ ਆਵਾਜ਼ ਆ, ਗੇਅਰ ਹਿੱਸਾ ਟਰਾਈ 'ਤੇ ਤੁਸੀਂ ਦੋਸਤੋ ਚੈੱਕ ਕਰ ਸਕਦੇ ਹਾਂ। ਅਗਰ ਇਹ ਕਿਸੇ ਦੋਸਤ ਭਰਾ ਨੂੰ ਗੱਡੀ ਪਸੰਦ ਹੋਵੇ ਤਾਂ ਉਹ ਸਾਡੇ ਨਾਲ ਰਾਬਤਾ ਕਰਕੇ ਗੱਡੀ ਲੈ ਸਕਦਾ ਵਾ। ਗੱਡੀ ਜਿਹੜੀ ਹੈ ਇਹਦਾ ਗਾਡਰ ਵੀ ਸਾਫ਼ ਆ ਔਰ ਕਮਾਨੀ ਅੱਛੀ ਲੱਗੀ ਹੋਈ ਆ, 17-18 ਬੈਰਿੰਗ ਸਾਈਜ਼ ਆ, ਪਿੱਛੇ ਬ੍ਰੇਕ ਜਿਹੜੀ ਟਰਾਲੀ ਦੀ ਆ ਉਹ ਐੱਸ ਜੀ ਦੀ ਆ, ਬਾਕੀ ਕਾਗਜ਼ਾਤ ਗੱਡੀ ਦੇ ਮੁਕੰਮਲ ਕਲੀਅਰ ਆ, ਟੈਂਕ ਗੱਡੀ ਦਾ ਸਾਫ਼ ਸੁਥਰਾ ਵਾ। ਅਗਰ ਕੋਈ ਦੋਸਤ ਇਹਦਾ ਟੈਂਕ ਸੇਲ ਕਰ ਦੇਵੇ ਅਤੇ ਆਪਣਾ ਇਹਨੂੰ ਕੰਟੇਨਰ 'ਤੇ ਚਲਾਵੇ ਜਾਂ ਇਸ ਮਸ਼ੀਨ ਨੂੰ 10 ਵੀਲਰ ਕਰੇ, ਟਰਾਲੀ ਦਾ ਫੱਟਾ ਬਣਾਉਣਾ ਚਾਹਵੇ ਤਾਂ ਫੱਟਾ ਵੀ ਬਣ ਸਕਦਾ ਵਾ। ਅਤੇ ਬੋਧਰ ਥੱਲੇ ਅਗਰ ਕਿਸੇ ਦੋਸਤ ਭਰਾ ਨੇ ਪਾਉਣੀ ਹੋਵੇ, ਦੋਸਤੋ ਗੱਡੀ ਤੁਸੀਂ ਦੇਖ ਲਈ ਆ, 1995 ਮਾਡਲ ਐੱਸ ਜੀ ਹੀਨੋ, ਐੱਸ ਜੀ ਹੀਨੋ ਗੱਡੀ ਆ, ਨੰਬਰਲੈਸ ਵੇਲੇ ਦਾ, ਬੜੀ ਪਿਆਰੀ ਔਰ ਅੱਛੀ ਗੱਡੀ ਆ, ਕਾਗਜ਼ਾਤ ਮੁਕੰਮਲ ਗੱਡੀ ਦੇ ਕਲੀਅਰ ਆ ਔਰ ਇੰਜਨ ਗੇਅਰ ਗੱਡੀ ਦਾ ਸਟੈਂਡਰ ਆ, ਇਹਨੂੰ ਸਾਦਾ ਗੇਅਰ ਆ, ਆਪਣਾ ਜੈਨੀਅਨ ਔਰ EM100 ਦਾ ਇਹਦਾ ਇੰਜਨ ਹੁੰਦਾ ਵਾ, ਐੱਸ ਜੀ ਵਾਲਾ, ਕਾਫੀ ਸਾਰੇ ਦੋਸਤਾਂ ਨੂੰ ਪਤਾ ਵਾ, ਜਿਹੜਾ ਨਹੀਂ ਪਤਾ ਇਸ ਵਾਸਤੇ ਮੈਂ ਦੱਸ ਰਿਹਾ, EM100 ਇੰਜਨ ਹੁੰਦਾ ਇਹਦੇ 'ਚ, ਸਾਦਾ ਟਰਬੋ ਨਹੀਂ ਹੁੰਦਾ ਔਰ ਬੜਾ ਪਾਵਰਫੁੱਲ ਇੰਜਣ ਆ ਇਹਦੇ 'ਚ, ਗੇਅਰ ਜਿਹੜਾ ਵਾ ਉਹ ਵੀ ਹਾਈ ਲੋ ਨਹੀਂ ਹੁੰਦਾ, ਸਾਦਾ ਗੇਅਰ ਆ ਇਹਦਾ, ਟੂਪ ਹਿੱਸਾ, ਸਾਰੀ ਪਾਕਿਸਤਾਨ ਸੰਭਲ, 1995 ਮਾਡਲ ਆ ਜੈਨੀਅਨ, ਅਤੇ ਟਰਾਲੀ ਇਹਦੀ ਸਾਫ਼ ਸੁਥਰੀ ਆ, ਟਰਾਲੀ ਦੀ ਜਿਹੜੀ ਬ੍ਰੇਕ ਆ ਐੱਸ ਜੀ ਦੀ ਆ, ਗਾਡਰਸ ਜਿਹੜਾ ਵਾ ਉਹ ਵੀ ਸਾਫ਼ ਸੁਥਰਾ ਵਾ, ਕਿਤਿਓਂ ਮੇਨ ਮਸਲਨ ਟੁੱਟਿਆ ਜਾਂ ਵੈਲਡ ਨੀਗਾ, ਔਰ ਉੱਤੇ ਜਿਹੜਾ ਇਹਦੇ ਟੈਂਕਰ ਆ ਉਹ ਦੋਸਤੋ 48,000 ਲੀਟਰ ਵਾਲਾ ਵਾ, 48,000 ਲੀਟਰ ਵਾਲਾ ਟੈਂਕ ਆ, ਰਿਮ ਗੱਡੀ ਦੇ ਅੱਛੇ ਲੱਗੇ ਹੋਏ, ਕਮਾਨੀ ਅੱਛੀ ਆ, ਝੂਲੇ ਬਰੈਕਟ ਨਵੇਂ ਮਾਡਲ ਵਾਲੇ ਲੱਗੇ ਹੋਏ ਆ। ਅਗਰ ਕੋਈ ਦੋਸਤ ਟੈਂਕ ਸੇਲ ਕਰੇ ਅਤੇ ਟੈਂਕ ਸੇਲ ਹੋ ਕੇ ਅਤੇ ਉਹ ਇਹਨੂੰ ਕੰਟੇਨਰ ਦੇ ਵਿੱਚ ਲਾ ਸਕਦਾ ਜਾਂ ਮਸ਼ੀਨ ਨੂੰ 10 ਵੀਲਰ ਕਰਕੇ ਅਤੇ ਆਪਣਾ ਇਹਦਾ ਫੱਟਾ ਵੀ ਟਰਾਲੀ ਦਾ ਬਣਾ ਸਕਦਾ ਵਾ। ਇਹਦੀ ਜਿਹੜੀ ਦੋਸਤੋ ਡਿਮਾਂਡ ਆ ਉਹ ਆ 70 ਲੱਖ ਰੁਪਈਆ ਪੂਰੀ ਗੱਡੀ ਦੀ, ਟੈਂਕ ਟਰਾਲੀ ਸਮੈਦ, ਮੌਕੇ 'ਤੇ ਕੋਈ ਥੋੜ੍ਹੀ ਬਹੁਤੀ ਕਮੀ ਪੇਸ਼ੀ ਹੋ ਜਾਏਗੀ, ਇਹਦੇ 'ਚ ਵੀ ਟਾਈਮ ਥੋੜ੍ਹਾ ਬਹੁਤਾ ਮਿਲੇਗਾ 1-2 ਮਾਹ ਦਾ। ਅਗਰ ਦੋਸਤੋ ਗੱਡੀਆਂ ਤੁਹਾਨੂੰ ਅੱਛੀਆਂ ਲੱਗਣ, ਪਸੰਦ ਆਉਣ, ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ, ਅਤੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਵੀ ਕਰ ਦਿਓ, ਬੈੱਲ ਨੂੰ ਆਲ 'ਤੇ ਕਰ ਦਿਓ ਤਾਂ ਕਿ ਹਰ ਮੇਰੀ ਨਵੀਂ ਵੀਡੀਓ ਜਿਹੜੀ ਵੀ ਆਵੇ ਉਹਦਾ ਮੈਸੇਜ ਤੁਹਾਡੇ ਕੋਲ ਟਾਈਮ 'ਤੇ ਆ ਜਾਵੇ। ਔਰ ਵੀਡੀਓ ਅੱਛੀ ਲੱਗੇ ਤਾਂ ਆਪਣੇ ਦੋਸਤਾਂ ਨਾਲ ਲਾਜ਼ਮੀ ਸ਼ੇਅਰ ਕਰਿਆ ਕਰੋ ਔਰ ਮੈਸੇਜ ਲਾਜ਼ਮੀ ਕਰਿਆ ਕਰੋ, ਉਹਦੇ 'ਚ ਦੱਸਿਆ ਕਰੋ ਕਿ ਗੱਡੀਆਂ ਅੱਛੀਆਂ ਸੀ, ਮਾੜੀਆਂ ਸੀ, ਜਾਂ ਗੱਡੀਆਂ ਦੀ ਕੀਮਤ ਜਿਹੜੀ ਆ ਉਹ ਜ਼ਿਆਦਾ ਸੀ, ਮੁਨਾਸਿਬ ਸੀ, ਅਤੇ ਆਪਣੀ ਮੁਹੱਬਤ ਦਾ ਇਜ਼ਹਾਰ ਜਿਹੜਾ ਵਾ ਉਹ ਲਾਜ਼ਮੀ ਕਰਿਆ ਕਰੋ, ਅਤੇ ਨੈਕਸਟ ਟਾਈਮ ਤੁਸੀਂ ਮੈਨੂੰ ਦੱਸਣਾ ਵਾ ਕਿ ਮੈਂ ਕਿਹੜੀ ਗੱਡੀ ਤੁਹਾਡੇ ਵਾਸਤੇ ਲੈ ਕੇ ਆਵਾਂ, ਉਸ ਗੱਡੀ 'ਤੇ ਵੀਡੀਓ ਬਣਾਵਾਂਗੇ, ਜਾਂ ਕਿਸੇ ਗੱਡੀ ਦੀ ਕੋਈ ਮਾਲੂਮਾਤ ਵੀਡੀਓ ਤੁਹਾਨੂੰ ਚਾਹੀਦੀ ਆ ਅਤੇ ਉਹ ਵੀ ਮੈਂ ਬਣਾ ਦੂੰਗਾ, ਉਹ ਵੀ ਤੁਸੀਂ ਦੱਸਣਾ ਵਾ ਇਨਸ਼ਾਅੱਲਾ। ਨਵੀਂ ਵੀਡੀਓ 'ਚ ਨਵੀਆਂ ਗੱਡੀਆਂ ਲੈ ਕੇ ਆਵਾਂਗੇ, ਤੁਹਾਡੇ ਨਾਲ ਮੁਲਾਕਾਤ ਹੋਏਗੀ, ਅਤੇ ਅੱਲਾ ਹਾਫਿਜ਼।